चावल मसाले पान लगी हैं, बिरयानी मसाला, नमक मिर्चा, सब्ज़ी मिर्चा, टमाटर रस के सारे चीज़ें मिक्स करें, सालियाँ मिक्स करें, अस चावल धोने जी चावल तो नया जी असं चावल असी पा दिते हैं अपने ये
ਤੇ ਹੁਣ ਅਸੀਂ ਉੱਪਰ ਦੇ ਦਿੰਦੇ ਹਾਂ ਪਲੇਟ। ਹੁਣ ਇਹ ਬਸ ਅੱਧੇ ਘੰਟੇ ਚਾਵਲ ਤਿਆਰ ਹੋ ਜਾਣੇ। ਅੱਛਾ ਜੀ, ਦਮ ਤੇ ਆ ਗਏ ਨੇ ਚਾਵਲ, ਹੁਣ ਅਸੀਂ ਇਹਨੂੰ ਦਿੰਦੇ ਹਾਂ ਦਮ ਚਾਵਲਾਂ ਨੂੰ। ਅੱਜ ਚਿਕਨ ਮੈਂ ਮੋਟਾ ਮੋਟਾ ਪਾਇਆ ਹੈ, ਛੋਟਾ ਨਹੀਂ ਕੀਤਾ, ਮੋਟਾ ਮੋਟਾ ਚਿਕਨ ਪਾ ਦਿੱਤਾ ਵਿੱਚ। ਅੱਛਾ ਜੀ, ਦਮ ਤੇ ਮੈਂ ਰੱਖ ਦਿੱਤੇ ਆ ਚਾਵਲ, ਅਤੇ ਹੁਣ ਅੱਗ ਕਿਹੜੀ ਉਹ ਥੱਲੇ ਬਲਦੀ ਵੀ, ਅਤੇ ਚਾਵਲ ਵੀ ਦਮ 'ਤੇ ਰੱਖ ਦਿੱਤੇ ਨੇ, ਅਤੇ ਹੁਣ ਇਹ ਠਹਿਰ ਕੇ ਥੋੜ੍ਹੀ ਦੇਰ ਬਾਅਦ ਇਹ ਤਿਆਰ ਹੋ ਜਾਣਗੇ। ਅੱਛਾ ਜੀ, ਚਾਵਲ ਬਿਲਕੁਲ ਹੋ ਗਏ ਤਿਆਰ, ਚਿਕਨ ਵਾਲੇ ਚਾਵਲ, ਬਿਰਿਆਨੀ ਬਣ ਗਈ ਮਜ਼ੇਦਾਰ। ਅਤੇ ਅੱਜ ਦਾ ਵਲੋਗ ਮੇਰਾ ਅੱਛਾ ਲੱਗਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਕਮੈਂਟ ਜ਼ਰੂਰ ਕਰਿਆ ਕਰੋ ਅੱਛੇ ਅੱਛੇ। ਜਿਹੜੇ ਮੇਰੇ ਭੈਣ ਭਰਾ ਮੇਰੇ ਚੈਨਲ 'ਤੇ ਨਏ ਨੇ, ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਆਪਣੀ ਦੁਆ 'ਚ ਮੈਨੂੰ ਜ਼ਰੂਰ ਯਾਦ ਰੱਖਿਆ ਕਰੋ। ਇੱਥੇ ਰੱਖ ਫੋਨ ਕਰਦੀ ਹਾਂ, ਇਸ ਵਲੋਗ ਦਾ ਐਂਡ ਕਰਨਾ ਇੱਥੇ। ਆਪਣੀ ਦੁਆ 'ਚ ਮੈਨੂੰ ਯਾਦ ਰੱਖਿਆ ਕਰੋ। ਅੱਲਾ ਹਾਫਿਜ਼।